ਫੈਕਟ نیوز ਤੇ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਖਬਰ ਦੀ ਸਾਰ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਵਿਜੇਵੋਰਾ ਅੱਜ ਪ੍ਰੋਗਰਾਮ ਖਬਰ ਦੀ ਸਾਰ ਦੇ ਵਿੱਚ ਗੱਲ ਕਰਾਂਗੇ ਸ਼ੋਮਣੀ ਅਕਾਲੀ ਦਲ ਵੱਲੋਂ ਭਾਜਪਾ ਦੇ ਨਾਲ ਗਠਜੋੜ ਨੂੰ ਲੈ ਕੇ ਫੈਸਲਾ ਕੀਤਾ ਜਾ ਸਕਦਾ ਹੈ ਤਾਂ ਕਿਸਾਨ ਲਗਾਤਾਰ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਡਟੇ ਹੋਏ ਨੇ ਤੇ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਤਾਂ ਲੰਬੇ ਸਮੇਂ ਤੋਂ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਸੀ ਤਾਂ ਉਲੀਕਣ ਤੋਂ ਬਾਅਦ ਸ਼ੰਭੂ ਬਾਰਡਰ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਜਿਹੜਾ ਹੈ ਰੋਕ ਦਿੱਤਾ ਗਿਆ ਤੇ ਖਨੌਰੀ ਬਾਰਡਰ ਤੇ ਵੀ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ ਤੇ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਦੀ ਲਗਾਤਾਰ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਤਾਂ 29 ਫਰਵਰੀ ਤੱਕ ਕਿਸਾਨਾਂ ਵੱਲੋਂ ਹਾਲੇ ਦਿੱਲੀ ਕੂਚ ਦਾ ਐਲਾਨ ਮੁਲਤਵੀ ਕਰ ਦਿੱਤਾ ਗਿਆ ਪਰ ਪ੍ਰੋਗਰਾਮ ਕੀਤੇ ਜਾ ਰਹੇ ਨੇ ਪੁਤਲੇ ਫੁਕੇ ਜਾ ਰਹੇ ਨੇ ਵਿਸ਼ਵ ਵਪਾਰ ਸੰਗਠਨ ਦੇ ਪੁਤਲੇ ਫੁਕੇ ਜਾ ਰਹੇ ਨੇ ਤਾਂ ਕੇਂਦਰ ਸਰਕਾਰ ਦੇ ਪੁਤਲੇ ਫੁਕੇ ਜਾ ਰਹੇ ਨੇ ਤਾਂ ਦਿੱ체 ਵਾਸੇ ਗੱਲ ਕਰੀਏ ਤਾਂ ਆਮ ਆਦੀ ਪਾਰਟੀ ਦੀ ਆਮ ਆਦੀ ਪਾਰਟੀ ਨਾਲ ਕਾਂਗਰਸ ਦਾ ਗੱਟਜੋੜ ਹੋਇਆ ਹੈ ਤਾਂ ਪੰਜ ਸੁਪਿਆਂ ਦੇ ਵਿੱਚ ਇਕੱਠੇ ਚੋਣਾ ਲੜਨ ਦਾ ਫੈਸਲਾ ਕੀਤਾ ਗਿਆ ਹੈ ਪਰ ਪੰਜਾਬ ਦੇ ਵਿੱਚ ਇਸਦੇ ਉਲਟ ਪੰਜਾਬ ਦੇ ਸੀਨੀਅਰ ਨੇਤਾ ਅਤੇ ਸਟਾਰ ਪ੍ਰਚਾਰਕ ਪ੍ਰਤਾਪ ਬਾਜਵਾ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਮੈਂ ਆਮਾਦੀ ਪਾਰਟੀ ਦੇ ਕਿਸੇ ਵੀ ਚੋਣ ਰੈਲੀ ਦੇ ਵਿੱਚ ਨਹੀਂ ਜਾਵਾਂਗਾ ਹੱਦ ਤੱਕ ਕਿਸੇ ਵੀ ਚੋਣ ਰੈਲੀ ਦੇ ਵਿੱਚ ਆਮਾਦੀ ਪਾਰਟੀ ਦਾ ਪ੍ਰਚਾਰ ਨਹੀਂ ਕਰਾਂਗਾ ਤਾਂ ਗੱਲ ਕਰਾਂਗੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਦੇ ਬਾਰੇ ਤਾਂ ਸ਼੍ਰੋਮਣੀ ਕਾਲੀ ਦਲ ਦੀ ਮੀਟਿੰਗ ਅੱਜ ਪਾਰਟੀ ਹੈੱਡਕੁਆਰਟਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਮੁੱਦੇ ਤੇ ਚर्चा ਕੀਤੀ ਜਾ ਸਕਦੀ ਹੈ ਤਾਂ ਭਾਜਪਾ ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਘਟਜੋੜ ਤੇ ਚਰਚਾ ਕੀਤੀ ਜਾ ਸਕਦੀ ਹੈ ਤਾਂ ਗੱਲ ਕਰਾਂਗੇ ਸ਼ੋਮਣੀ ਕਾਲੀ ਦਲ ਬਾਰੇ ਕੀ ਪਾਜਪਾ ਦੇ ਨਾਲ ਘਟਚੋੜ ਕੀਤਾ ਜਾਣਾ ਹੈ ਜਾਂ ਨਹੀਂ ਹਾਲਾਂਕਿ ਇੱਕ ਹੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸਾਫ ਹੋਏਗਾ ਪਰ ਦੱਦੀ ਇਹ ਕੀ ਕਿਸਾਨਾਂ ਦਾ ਲਗਾਤਾਰ ਦਿੱਲੀ ਕੂਜ਼ਾ ਐਲਾਨ ਤੋਂ ਬਾਅਦ ਸ਼ੋਮਣੀ ਕਾਲੀ ਦਲ ਕਿਤਨਾ ਕਿਤੇ ਪਹਿਲਾ ਇਹ ਕਹਿੰਦਾ ਰਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਐ ਤੇ ਪੰਥ ਦੀ ਪਾਰਟੀ ਐ ਤੇ ਪੰਜਾਬ ਦੇ ਵਿੱਚ ਅਗਰ ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਹੁੰਦਾ ਤਾਂ ਕਿਸਾਨਾਂ ਦਾ ਸਾਥ ਕਿਤਨਾ ਕਿਤੇ ਨਹੀਂ ਮਿਲੇਗਾ ਤੇ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਇਹ ਵੀ ਰਣਨੀਤੀ ਬਣਾਵੇਗਾ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕਿ ਭਾਜਪਾ ਤੇ ਕਿਸਾਨਾਂ ਦਾ ਮਸਲਾ ਕਿੱਦਾਂ ਹੱਲ ਕਰਾਇਆ ਜਾ ਸਕੇ ਤਾਂ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਦੇ ਉੱਤੇ ਕਿਦਾਂ ਭਾਜਪਾ ਨੂੰ ਸਹਿਮਤ ਕੀਤਾ ਜਾ ਸਕੇ ਤਾਂ ਐਮਐਸਪੀ ਦੀ ਦਸ ਮੁੱਖ ਜਿਹੜਾ ਮੰਗ ਹੈ ਤੇ ਕਰਜ਼ਾ ਮਾਫੀ ਮੁੱਖ ਮੰਗਾਂ ਦੇ ਵਿੱਚ ਸ਼ਾਮਲ ਨੇ ਤਾਂ ਕਿਸਾਨਾਂ ਦੇ ਉੱਤੇ ਪਰਚੇ ਦਾਜ ਕਰਨਾ ਮੁੱਖ ਮੰਗ ਹੈ ਤੇ ਸੁਆਮੀਨਾਥਨ ਰਿਪੋਰਟ ਲਾਗੂ ਕਰਨਾ ਇਹ ਮੁੱਖ ਮੰਗ ਹੈ ਤਾਂ ਇਹਨਾਂ ਤੇ ਭਾਜਪਾ ਦੇ ਸੀਨੀਅਰ ਨੇਤਾਵਾਂ ਨੂੰ ਕਿੱਦਾਂ ਮਨਾਇਆ ਜਾ ਸਕੇ ਤੇ ਕਿਸਾਨਾਂ ਅਤੇ ਭਾਜਪਾ ਦੇ ਵਿਚਕਾਰ ਕਿੱਦਾਂ ਪੂਲ ਦਾ ਕੰਮ ਕੀਤਾ ਜਾ ਸਕੇ ਇਸ ਤੇ ਵੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾ ਸਕਦੀ ਹੈ ਅਗਰ ਕਿਸਾਨਾਂ ਅਤੇ ਭਾਜਪਾ ਦਾ ਸਮਝੌਤਾ ਅਕਾਲੀ ਦਲ ਦੀ ਭੂਮਿਕਾ ਦੇ ਨਾਲ ਕੀਤਾ ਜਾਏਗਾ ਤਾਂ ਕਿਤਨਾ ਕਿਤੇ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਅਗਰ ਭਾਜਪਾ ਦੇ ਨਾਲ ਗਠਜੰਬੰਦਨ ਹੁੰਦਾ ਤਾਂ ਕਿਸਾਨਾਂ ਦਾ ਸਾਥ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦੇ ਹੱਕ ਦੇ ਵਿੱਚ ਵੋਟਾਂ ਪੈ ਸਕਦੀਆਂ ਨੇ ਭਾਜ ਦੇ ਉੱਤੇ ਹਾਲਾਂਕਿ ਚਰਚਾ جاری ਹੈ ਤਾਂ 3:30 ਵਜੇ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਜਾਰੀ ਕਰ ਕਿਹਾ ਜਾਵੇਗਾ ਕਿ ਭਾਜਪਾ ਦੇ ਨਾਲ ਗਠਜੋੜ ਕਰਨਾ ਹੈ ਜਾਂ ਕਿਸਾਨਾਂ ਦਾ ਸਾਥ ਦੇਣਾ ਹੈ ਜਾਂ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਵਿੱਚ ਕਾਲੇ ਪੁਲ ਦੀ ਭੂਮਿਕਾ ਨਿਭਾਈ ਜਾ ਸਕੇ ਤਾਂ ਜੋ ਆਨਲੈਕ ਚੋਕ ਸਭਾ ਚੋਣਾਂ ਦੇ ਵਿੱਚ ਸ਼ੋਮਣੀ ਅਕਾਲੀ ਦਲ ਮੁਰਤੋਂ ਪੰਜਾਬ ਦੇ ਵਿੱਚ ਸਫਲਤਾ ਹਾਸਲ ਕਰ ਪਾਵੇ ਤਾਂ ਇੱਕ ਵਾਰੀ ਦੱਸ ਦਿਓ ਕਿ BSP ਦੇ ਨਾਲ ਪਹਿਲਾ ਅਕਾਲੀ ਦਲ ਦਾ ਸਮਝੌਤਾ ਸੀ ਤਾਂ ਅਕਾਲੀ ਦਲ ਇਹੀ ਕਹਿੰਦਾ ਨਜ਼ਰ ਆਂਦਾ ਸੀ ਕਿ ਸਾਡਾ BSP ਦੇ ਨਾਲ ਸਮਝੌਤਾ ਹੈ ਤਾਂ BSP ਦੇ ਨਾਲ ਹੀ ਮਿਲ ਕੇ ਲੋਕ ਸਭਾ ਚੋਣਾ ਲੜਨ ਦਾ ਐਲਾਨ ਕੀਤਾ ਗਿਆ ਸੀ ਤਾਂ ਸਾਬਤ ਤੌਰ ਤੇ ਦੱਸਦੀ ਕਿ BSP ਵੱਲੋਂ ਬੀਤੇ ਦਿਨੋਂ ਐਲਾਨ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਸੀਂ ਰਿਸ਼ਤਾ ਤੋੜ ਰਹੇ ਹਾਂ ਤਾਂ ਜਿਸ ਤੋਂ ਬਾਅਦ ਹੁਣ ਕਿਆਸ ਲਗਾਏ ਜਾ ਰਹੇ ਨੇ ਕਿਉਂਕਿ ਭਾਜਪਾ ਵੱਲੋਂ ਵੀ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਲਗਾਤਾਰ ਮੀਟਿੰਗਾਂ ਜਿਹੜੀਆਂ ਸામਣੇ ਨਜ਼ਰ ਆ ਰਹੀ ਹੈ ਨੇ ਤਾਂ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੇ ਸੀਨੀਅਰ ਨੇਤਾ ਵੀ ਲਗਾਤਾਰ ਸ਼ਮਣੀ ਅਕਾਲੀ ਦਲ ਨਾਲ ਗੱਠਜੋੜ ਕਰਨ ਨੂੰ ਤਿਆਰ ਨੇ ਕਿਉਂਕਿ ਭਾਜਪਾ ਦੇ ਸੀਨੀਅਰ ਨੇਤਾ ਕਈ ਵਾਰ ਕਹਿ ਚੁੱਕੇ ਨੇ ਕਿ ਸ਼ਮਣੀ ਅਕਾਲੀ ਦਲ ਸਾਡਾ ਪੁਰਾਣਾ ਸਾਥੀ ਹੈ ਤਾਂ ਇਸ ਤੋਂ ਤੈਅ ਮੰਨਿਆ ਜਾ ਸਕਦਾ ਹੈ ਕਿ ਲੋਕ ਸਭਾ ਚੋਣ ਤੋਂ ਪਹਿਲਾਂ ਭਾਜਪਾ ਦੇ ਨਾਲ ਸ਼ਮਣੀ ਅਕਾਲੀ ਦਲ ਗੱਠਜੋੜ ਕਰ ਸਕਦਾ ਹੈ ਹਾਲਾਂਕਿ ਸੀਟ ਸ਼ੇਅਰਿੰਗ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਪਹਿਲੇ ਛਿੜੀਆਂ ਸਨ ਤਾਂ ਚਰਚਾਵਾਂ ਦੇ ਵਿੱਚ ਕਿਹਾ ਗਿਆ ਸੀ ਕਿ ਚੀਤਾ ਸ਼ੇਰ ਨੂੰ ਲੈ ਕੇ ਕਿਤੇ ਸਹਿਮਤੀ ਨਹੀਂ ਬਣ ਰਹੀ ਤਾਂ ਇਸ ਕੋਰ ਕਮੇਟੀ ਦੇ ਵਿੱਚ ਸ਼ੀਟ ਸ਼ੇਅਰਿੰਗ ਨੂੰ ਲੈ ਕੇ ਵੀ ਕਿੰਨਾ ਕਿਤੇ ਚਰਚਾ ਹੋ ਸਕਦੀ ਹੈ ਕਿ ਕਿਹੜੇ ਹਲਕੇ ਤੋਂ ਭਾਜਪਾ ਲੜੇਗੀ ਤੇ ਕਿਹੜੇ ਹਲਕੇ ਤੋਂ ਸ਼ਮਨ ਕਾਲੀਦਲ ਲੜੇਗੀ ਕਿਉਂਕਿ ਭਾਜਪਾ ਪਹਿਲਾ ਲੋਕ ਸਭਾ ਚੋਣਾਂ ਜੋ ਜਿਮਨੀ ਚੋਣਾਂ ਜਲੰਧਰ ਦੇ ਵਿੱਚ ਹੋਈਆਂ ਸਨ ਤਾਂ ਉਸ ਦੇ ਵਿੱਚ ਇੱਕਲਿਆ ਚੋਣ ਲੜੀ ਸੀ ਤੇ ਕਿਤਨੇ ਕਿਤੇ ਉਸ ਦਾ ਵੋਟ ਪਰਸੈਂਟ ਜਿਹੜਾ ਹੈ ਉਹ ਵਧਿਆ ਸੀ ਤਾਂ ਭਾਜਪਾ ਵੱਲੋਂ ਸੀਟਾਂ ਦੀ ਮੰਗ ਜਿਹੜੀ ਹੈ ਪਹਿਲਾਂ ਤੋਂ ਜ਼ਿਆਦਾ ਕੀਤੀ ਜਾ ਰਹੀ ਹੈ ਤਾਂ ਇਸ ਤੇ ਵੀ ਚਰਚਾ ਹੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਅਕਾਲੀ ਦਲ ਕਰਦਾ ਨਜ਼ਰ ਆਵੇਗਾ ਤਾਂ ਇਸ ਤੇ ਦੱਸਦੀ ਹੈ ਕਿ ਆਮਾ ਦੀ ਪਾਰਟੀ ਵੱਲੋਂ ਸਾਫ ਤੌਰ ਤੇ ਇਹ ਕਿਹਾ ਗਿਆ ਕਿ ਗੱਠ ਜੋੜ ਕਾਂਗਰਸ ਨਾਲ ਹੋ ਗਿਆ ਪਰ ਕਿਤਨਾ ਕਿਤੇ ਪੰਜਾਬ ਦੇ ਵਿੱਚ ਇਸ ਗੱਠਜੋੜ ਦਾ ਅਸਰ ਨਹੀਂ ਦਿਖੇਗਾ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਲਿਆਂ ਚੋਣ ਲੜੇਗੀ ਤਾਂ ਜਿਸਤੇ ਭਾਜਪਾ ਲਗਾਤਾਰ ਇਹੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਲਾਲਚ ਦੇ ਮਾਰੇ ਕਾਂਗਰਸ ਦੇ ਨਾਲ ਗੱਠਜੋੜ ਕੀਤਾ ਹੈ ਤਾਂ ਜਿਸਤੇ ਉੱਤੇ ਲਗਾਤਾਰ ਆਮ ਆਦਮੀ ਪਾਰਟੀ ਇਹ ਵੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਭਾਜਪਾ ਵੱਲੋਂ ਈਡੀ ਨੂੰ ਜਿਹੜੇ ਜਾਰੀ ਕੀਤੇ ਗਏ ਨਿਰਦੇਸ਼ ਨੇ ਉਸ ਦੇ ਉੱਤੇ ਈਡੀ ਕੰਮ ਕਰ ਰਹੀ ਹੈ ਤਾਂ ਲਗਾਤਾਰ ED ਵੱਲੋਂ ਜਿਹੜਾ ਹੈ ਉਹ ਸਮਨ ਭੇਜੇ ਜਾ ਰਹੇ ਨੇ ਆਮ ਆਦੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਨੂੰ ਹਾਲਾਂਕਿ ਅੱਜ ਸੁਣਵਾਈ ਹੈ ਤਾਂ ED ਸਾਹਮਣੇ ਪੇਸ਼ ਨਹੀਂ ਹੋਣਗੇ ਅੱਜ ਕੇਜਰੀਵਾਲ ਤਾਂ ਸਾਬਤ ਤੌਰ ਤੇ ਕਿਹਾ ਗਿਆ ਕਿ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ ਹੈ ਤਾਂ 16 ਮਾਰਚ ਨੂੰ ਪੇਸ਼ੀ ਹੋਣੀ ਹੈ ਤਾਂ ਪੇਸ਼ੀ ਦੇ ਵਿੱਚ ਤੋਂ ਪਹਿਲਾਂ ਜਿਹੜਾ ਹੈ ਅਰਵਿੰਦ ਕੇਜਰੀਵਾਲ ED ਸਾਹਮਣੇ ਪੇਸ਼ ਨਹੀਂ ਹੋਣਗੇ ਤਾਂ ਭਾਜਪਾ ਦੇ ਉੱਤੇ ਵੱਡੇ આરોਪ ਲਗਾਏ ਜਾ ਰਹੇ ਨੇ ਆਮਾਦੀ ਪਾਰਟੀ ਦੇ ਸੀਨੀਅਰ ਨੇਤਾ ਚਾਹੇ ਹੋ ਆਤਿਸ਼ੀ ਹੋਣ ਚਾਹੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਹੋਣ ਉਹਨਾਂ ਵੱਲੋਂ ਸਾਬਤ ਤੌਰ ਤੇ ਕਿਹਾ ਗਿਆ ਕਿ ਭਾਜਪਾ ਵੱਲੋਂ ਈਡੀ ਨੂੰ ਨਰਦੇਸ਼ ਦਿੱਤੇ ਗਏ ਹਨ ਤਾਂ ਜੋ ਆਮਾਦੀ ਪਾਰਟੀ ਨੂੰ ਕਮਜ਼ੋਰ ਕੀਤਾ ਜਾ ਸਕੇ ਤਾਂ ਇੰਡੀਆ ਆਲਾਈਂਸ ਤੋਂ ਬਾਹਰ ਆਣ ਦਾ ਦਬਾਅ ਪਾਇਆ ਜਾ ਰਿਹਾ ਹੈ ਤ ਬਾਰ ਬਾਰ ਸਮਨ ਇਸ ਦੇ ذریعے ਭੇਜੇ ਜਾ ਰਹੇ ਹਨ ਤਾਂ ਇਹ ਕਿਹਾ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਚੋਣ ਤੋਂ ਪਹਿਲਾਂ ਗ੍ਰਿਫਤਾਰ ਕਰਨ ਦੀ ਭਾਜਪਾ ਯੋਜਨਾ ਬਣਾ ਰਹੀ ਹੈ ਤਾਂ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਹ ਕਿਹਾ ਗਿਆ ਕਿ ਹਾਲਕੀ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਇੰਡੀਆ ਅਲਾਈਂਸ ਦੇ ਤਹਿਤ ਗੱਟਜੋੜ ਹੋਇਆ ਤਾਂ ਪੰਜ ਸੂਬਿਆਂ ਦੇ ਵਿੱਚ ਜੋ ਗੱਟਜੋੜ ਹੋਇਆ ਤਾਂ ਕਾਂਗਰਸ ਦੇ ਸਟਾਰ ਪ੍ਰਚਾਰਕ ਨੇ ਪ੍ਰਤਾਪ ਸਿੰਘ ਬਾਜਵਾ ਤਾਂ ਸਾਫ ਤੌਰ ਤੇ ਕਿਹਾ ਕਿ ਮੈਂ ਕਿਸੇ ਵੀ ਆਮ ਆਦੀ ਪਾਰਟੀ ਦੀ ਚੋਣ ਰੈਲੀ ਦੇ ਵਿੱਚ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਨਹੀਂ ਜਾਵਾਂਗਾ ਤਾਂ ਇਸ ਦੇ ਉੱਤੇ ਹਾਲਾਂਕਿ ਆਲਾ ਕਮਾਨ ਕਾਂਗਰਸ ਕੀ ਰੁਕ અપਨਾਦੀ ਹੈ ਕੀ ਅੱਗੇ ਪ੍ਰਤੀਕਿਰਿਆ ਦਿੰਦੀ ਹੈ ਇਹ ਦੇਖਣਾ ਹੋਵੇਗਾ ਪਰ ਆਮਾਦੀ ਪਾਰਟੀ ਦੇ ਚੋਣ ਪ੍ਰਚਾਰ ਦੇ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜਾਣ ਤੋਂ ਕੋਰੀ ਨਾ ਕਰ ਦਿੱਤੀ ਹੈ ਤਾਂ ਹਾਲਾਂਕਿ ਇਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਆਲਾ ਕਮਾਨ ਕੀ ਨਿਰਦੇਸ਼ ਪੰਜਾਬ ਦੇ ਲੀਡਰਾਂ ਵਾਸਤੇ ਕਰਦਾ ਹੈ ਕਿ ਆਮਾਦੀ ਪਾਰਟੀ ਦੇ ਨੇਤਾਵਾਂ ਦਾ ਚੋਣ ਪ੍ਰਚਾਰ ਕਾਂਗਰਸ ਕਰੇਗੀ ਜਾਂ ਨਹੀਂ ਇਹ ਹਾਲਾਂਕਿ ਦੇਖਣਾ ਹੋਵੇਗਾ ਪਰ ਅੱਜ ਦੀ ਨਿਗਾਹ ਜਿਹੜੀ ਹੈ ਆਮਾਦੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਗਠਬੰਧਨ ਨੂੰ ਲੈ ਕੇ ਅੱਗੇ ਵੀ ਹੋਰ ਸੂਬਿਆਂ ਦੇ ਵਿੱਚ ਕੀ ਗੱਲਬਾਤ ਵਧੇਗੀ ਜਾਂ ਨਹੀਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਕੋਰ ਕਮੇਟੀ ਦੀ ਮੀਟਿੰਗ ਕੀਤੀ ਜਾ ਰਹੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਹੋ ਰਹੀ ਹੈ ਤੇ ਇਸ ਤੇ ਅੱਜ ਗਠਜੋਨ ਨੂੰ ਲੈ ਕੇ ਫੈਸਲਾ ਹੋ ਸਕਦਾ ਹੈ ਜਾਂ ਫਿਰ ਕਿਸਾਨਾਂ ਦੇ ਹੱਕ ਦੇ ਵੇ ਨਾਲ ਜਿਹੜੇ ਡਟੇਗੀ ਸ਼੍ਰੋਮਣੀ ਅਕਾਲੀ ਦਲ ਤਾਂ ਪਾਪਾ ਦੇ ਨਾਲ ਗੱਡਜੋੜ ਕਰਨਾ ਹੈ ਜਾਂ ਨਹੀਂ ਕਰਨਾ ਅੱਜ ਸਾਫ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਇਕੱਲਿਆਂ ਚੋਣ ਲੜੇਗੀ ਇਹ ਸਾਫ ਨਜ਼ਰ ਆਵੇਗਾ ਜਾਂ ਫਿਰ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਚੱਲ ਰਹੇ ਗਤੀਰੋਧ ਨੂੰ ਸ਼੍ਰੋਮਣੀ ਅਕਾਲੀ ਦਲ ਪੂਲ ਦੀ ਭੂਮਿਕਾ ਵਿੱਚ ਸਮਾਪਤ ਕਰੇਗੀ ਇਹ ਪੂਰੇ ਵਿਚਾਰ ਚਰਚਾ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਕੀਤੀ ਜਾਵੇਗੀ ਤਾਂ ਦੇਖਣਾ ਹੋਵੇਗਾ ਪ੍ਰੋਗਰਾਮ ਖਬਰ ਦੀ ਸਾਰ ਦੇ ਵਿੱਚ ਜੋ ਅਸੀਂ ਖਬਰ ਦੀ ਸਾਰ ਦੱਸਿਆ ਕਿ ਕੁਝ ਸਾਹਮਣੇ ਆਂਦਾ ਹੈ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ 3:30 ਵਜੇ ਕ੍ਰੈਸ਼ ਕਾਨਫਰੰਸ ਕੀਤੀ ਜਾਵੇਗੀ ਤਾਂ ਜਿਸ ਤੋਂ ਬਾਅਦ ਕੋਰ ਕਮੇਟੀ ਦੇ ਵਿੱਚ ਹੋਈ ਚਰਚਾ ਸਾਫ ਹੋਏਗੀ ਨਜ਼ਰਾਂ ਦੇ ਸਾਹਮਣੇ ਹੋਏਗੀ ਕਿ ਅਕਾਲੀ ਦਲ ਵੱਲੋਂ ਕੀ ਕੁਝ ਫੈਸਲਾ ਲਿਆ ਗਿਆ ਹੈ ਜੁੜੇ ਰਹੋ ਪ੍ਰੋਗਰਾਮ ਖਬਰ ਦੀ ਸਾਰ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਵਿਜੇਵੋਰਾ ਤਾਜ਼ਾ ਤਰੀਨ ਖਬਰਾਂ ਦੇਖਣ ਲਈ ਫੈਕਟ ਨਿਊਜ਼ ਦੇ ਨਾਲ ਲਗਾਤਾਰ ਜੁੜੇ ਰਹਿਣਾ